ਦਿੱਲੀ ਮਾਡਲ ਦੀ ਬੜੀ ਚਰਚਾ ਹੋ ਰਹੀ ਹੈ ਜਦੋਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ, ਵੱਖ ਵੱਖ ਸਟੇਟਸ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੈਪਟਨ ਸਾਹਿਬ ਵੀ ਇਸ ਪੈਟਰਨ 'ਤੇ ਚੱਲ ਰਹੇ ਨੇ, ਲੱਗਦਾ ਕੀ ਹੈ? ਦਿੱਲੀ ਮਾਡਲ ਕਰੀ ਜਾਂਦੇ ਹਾਂ 2012 'ਚ, ਇੱਦਾਂ ਹੀ ਮੋਦੀ ਸਰਕਾਰ, ਮੋਦੀ ਸਾਹਿਬ ਨੇ ਗੁਜਰਾਤ ਮਾਡਲ ਕਰਕੇ ਸਰਕਾਰ ਬਣਾ ਲਈ। ਕੀ ਉਹਨਾਂ ਨੇ ਗੁਜਰਾਤ ਮਾਡਲ ਸਾਰੇ ਦੇਸ਼ 'ਚ ਲਾਗੂ ਕਰਤਾ ਸੀ? ਧੋਖਾ ਹੀ ਸੀ ਨਾ ਦੇਸ਼ ਦੇ ਨਾਲ ਉਹ। ਕੇਜਰੀਵਾਲ ਸਾਹਿਬ ਨੇ ਪਿੱਛੇ ਜੇ ਸਾਰੀਆਂ ਔਰਤਾਂ ਦੇ ਲਈ ਮੁਫਤ ਕਰਤੀ ਸੀਗੀ ਉੱਥੋਂ ਦੀ ਜਿਹੜੀ ਬੱਸ ਸੁਵਿਧਾ ਹੈ, ਅਤੇ ਪੰਜਾਬ ਦੇ ਵਿੱਚ ਹੁਣ ਅੱਧੀ ਕਰਤੀ। ਕੋਈ ਵੀ ਚੀਜ਼, ਮੈਂ ਇੱਕ ਚੀਜ਼ ਮੰਨਦਾ ਵੀ ਕੋਈ ਵੀ ਚੀਜ਼ ਨਾ ਫਰੀ ਦੇਣੀ ਕੋਈ ਸਹੀ ਨਹੀਂ ਹੈ। ਤੁਹਾਨੂੰ ਲੋਕਾਂ ਨੂੰ ਉਸ ਕਾਬਲ ਬਣਾਉਣਾ ਚਾਹੀਦਾ, ਉਹੋ ਜਿਹੇ ਸਾਧਨ ਪੈਦਾ ਕਰਨੇ ਚਾਹੀਦੇ ਆ ਕਿ ਲੋਕਾਂ ਕੋਲ ਅੱਛਾ ਰੁਜ਼ਗਾਰ ਹੋਵੇ। ਕੀ ਪੰਜਾਬ ਦੇ ਵਿੱਚ ਵੀ ਜਦੋਂ ਹੁਣ 50% ਕਿਰਾਇਆ ਅੱਧਾ ਕਰ ਦਿੱਤਾ, 50% ਕਰਤਾ ਔਰਤਾਂ ਨੂੰ, ਤਾਂ ਇਹ ਵੋਟਾਂ 'ਚ ਕਨਵਰਟ ਹੋ ਸਕਦਾ? ਜਿਹੜੀ ਇਕੋਨਮੀ ਜੀ ਮਤਲਬ ਫਰੀ ਵੰਡਦੀ ਹੈ ਜੀ, ਸਬਸਿਡੀ ਦਿੰਦੀ ਹੈ ਇਸ ਚੀਜ਼ ਦੇ ਉੱਪਰ, ਉਹ ਕਦੇ ਵੀ ਕਾਮਯਾਬ ਨਹੀਂ। ਦਿੱਲੀ ਦੇ ਵਿੱਚ ਮੈਕਸੀਮ ਕਿਰਾਇਆ 50 ਰੁਪਏ ਬਣਦਾ ਨਹੀਂ, ਪੰਜਾਬ 'ਚ ਮੈਕਸੀਮ ਕਿਰਾਇਆ 300 ਰੁਪਏ ਬਣਦਾ ਜੀ। ਦੇਖੋ ਨਾ ਦਿੱਲੀ ਅਤੇ ਪੰਜਾਬ ਦਾ ਡਿਫਰੈਂਸ ਕਿੰਨਾ ਜ਼ਿਆਦਾ ਹੈਗਾ। ਮਤਲਬ ਅਸੀਂ ਉਹ ਉਹਨਾਂ ਦਾ ਖੇਤਰਫਲ ਦਾ ਫਰਕ ਹੈ ਨਾ, ਉਹ ਤਾਂ 70 ਕਿਲੋਮੀਟਰ ਮੁੱਕੇ ਦਿੱਲੀ, 100 ਕਿਲੋਮੀਟਰ ਇਹਦੇ, 300 ਕਿਲੋਮੀਟਰ ਦੇ ਲਗਭਗ ਹੈਗਾ ਪੰਜਾਬ, ਜਿਹਨੇ ਹੁਣ ਚੰਡੀਗੜ੍ਹ ਹਰੇਕ ਸਟੇਟ ਨੂੰ, ਮਤਲਬ ਇਹ ਸਾਡੇ ਦੇਸ਼ 'ਚ ਗਲਤ ਚੱਲਣ ਚੱਲ ਪਿਆ। ਕਦੇ ਮੋਦੀ ਮਾਡਲ, ਕਦੇ ਦਿੱਲੀ ਮਾਡਲ, ਇੱਕ ਮਾਡਲ ਕੁਛ ਨਹੀਂ ਹੈਗਾ ਜੀ, ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਨਹੀਂ ਪਰ ਚੰਗੀ ਤਾਂ ਲੱਗਦੀ ਹੈ ਨਾ ਚੀਜ਼, ਜੇ ਹੁਣ 82-75 ਕਰੋੜ ਰੁਪਏ ਦੀ ਸਬਸਿਡੀ ਮਿਲਦੀ ਹੈ, ਚੰਗੀ ਲੱਗਦੀ ਹੈ? ਦੇਖੋ ਸਾਨੂੰ ਬੱਸਾਂ ਦੇ ਕਿਰਾਏ ਨਾਲ ਆਉਣਾ, ਸਾਨੂੰ ਮੈਡੀਕਲ ਸਹੂਲਤਾਂ ਦੇਣ ਦੀ ਬਹੁਤ ਸਖਤ ਜ਼ਰੂਰਤ ਆ ਪੂਰੇ ਪੰਜਾਬ ਦੇ। ਤੁਸੀਂ ਸਰਕਾਰੀ ਹਸਪਤਾਲ ਦੇਖ ਲਓ, ਮੈਂ 1 ਜਾਂ 2 MRI ਮਸ਼ੀਨਾਂ ਨੇ ਪੰਜਾਬ 'ਚ। ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵੀ ਧਿਆਨ ਤਾਂ ਦੇ ਰਿਹਾ ਨਾ ਹੁਣ ਸੂਬੇ ਵੱਲ, ਸਾਨੂੰ ਲੱਗਦਾ ਨਹੀਂ ਸੀ ਪਹਿਲਾਂ। ਚਲੋ ਚੰਗੀ ਗੱਲ ਹੈ, ਸਰਕਾਰ ਨੇ ਸੋਚਣਾ ਸ਼ੁਰੂ ਕੀਤਾ, ਪਰ ਜੋ ਦਿੱਲੀ ਹੈ ਉਹ ਪੰਜਾਬ ਨਹੀਂ ਹੋ ਸਕਦਾ। ਮੋਦੀ ਸਾਹਿਬ ਨੇ ਦੇਸ਼ ਦੇ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਦੇ ਵਿੱਚ ਟੋਇਲਟ ਬਣਾ ਕੇ ਦੇਸ਼ ਦੇ ਮੁੜ ਕੇ ਸੱਤਾ ਹਾਸਲ ਕਰ ਲਈ। ਜਿਹੜਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅੱਜ ਬਾਥਰੂਮਾਂ ਦੇ ਬਾਰੇ ਸੋਚ ਰਿਹਾ, ਜੀ ਸੋਚ ਇੰਨੀ ਕੁ ਡਿਵੈਲਪ ਹੋਈ ਹੈ ਤਾਂ ਦੇਸ਼ ਦਾ ਕੀ ਹਾਲ ਹੋਊਗਾ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਰਣਬੀਰ ਸਿੰਘ ਰਾਣਾ, ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਜਦੋਂ ਤੋਂ ਸਰਕਾਰ ਬਣੀ ਹੈ ਤਾਂ ਬਾਕੀ ਸੂਬੇ ਵੀ ਦਿੱਲੀ ਮਾਡਲ ਨੂੰ ਅਪਣਾਉਂਦੇ ਨਜ਼ਰ ਆ ਰਹੇ ਨੇ, ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਵਿੱਚ ਸਰਕਾਰ ਹੈ, ਅਤੇ ਕਾਂਗਰਸ ਸਰਕਾਰ ਵੀ ਹੁਣ ਲੱਗਦਾ ਕਿ ਦਿੱਲੀ ਮਾਡਲ ਨੂੰ ਅਪਣਾਉਂਦੀ ਜਾ ਰਹੀ ਹੈ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਅੱਜ ਪੰਜਾਬ ਦੇ ਵਿੱਚ ਔਰਤਾਂ ਦੇ ਲਈ ਜਿਹੜਾ ਕਿਰਾਇਆ ਹੈ ਉਹ ਅੱਧਾ ਕਰ ਦਿੱਤਾ ਗਿਆ ਹੈ। ਹੋਰ ਕਿਹੜੀ ਕਿਹੜੀ ਸਹੂਲਤਾਂ ਪੰਜਾਬ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ, ਕਿਹੜੇ ਕਿਹੜੇ ਦਿੱਲੀ ਦੇ ਮਾਡਲ ਕੈਪਟਨ ਸਰਕਾਰ ਅਪਣਾਉਂਦੀ ਜਾ ਰਹੀ ਹੈ, ਇਸ 'ਤੇ ਗੱਲਬਾਤ ਕਰਨ ਲੱਗੇ ਇਸ 'ਤੇ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਸਾਡੇ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਨੇ। ਬੈਨੀਪਾਲ ਸਾਹਿਬ ਸਵਾਗਤ ਹੈ ਤੁਹਾਡਾ। ਦਿੱਲੀ ਮਾਡਲ ਦੀ ਬੜੀ ਚਰਚਾ ਹੋ ਰਹੀ ਹੈ ਜਦੋਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ, ਵੱਖ ਵੱਖ ਸਟੇਟਸ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੈਪਟਨ ਸਾਹਿਬ ਵੀ ਇਸ ਪੈਟਰਨ 'ਤੇ ਚੱਲ ਰਹੇ ਨੇ, ਲੱਗਦਾ ਕੀ ਹੈ? ਰਵੀ ਜੀ, ਆਪਾਂ ਲਾਸਟ ਡਿਬੇਟ 'ਚ ਵੀ ਡਿਸਕਸ ਕੀਤਾ ਸੀ ਵੀ ਪੰਜਾਬ ਸਰਕਾਰ ਵੀ, ਕੈਪਟਨ ਸਾਹਿਬ ਨੇ ਵਿੱਤ ਮੰਤਰੀ ਨੂੰ ਬੁਲਾਇਆ ਅਤੇ ਚੀਫ ਸੈਕਟਰੀ ਸਾਹਿਬ ਅਫਸਰਾਂ ਨੂੰ ਬੁਲਾਇਆ, ਉਹਨਾਂ ਨੂੰ ਦਿੱਲੀ ਮਾਡਲ ਦੇ ਬਾਰੇ ਚਰਚਾ ਹੋਈ। ਦੇਖੋ ਹੁਣ ਸਾਰੇ ਦਿੱਲੀ ਦੀ ਮਾਡਲ ਦੀ ਜਿਹੜੀ ਗੱਲ ਕਰਦੇ ਪਏ ਹੈ, ਉਹ ਬਿਹਾਰ 'ਚ ਵੀ ਉਹ ਗੱਲ ਹੋ ਰਹੀ ਹੈ ਜੀ, ਅਤੇ ਵੈਸਟ ਬੰਗਾਲ 'ਚ ਵੀ ਉਹ ਗੱਲ ਹੋ ਰਹੀ ਆ। ਅੱਜ ਮੈਂ ਆਰਟੀਕਲ ਪੜ੍ਹਦਾ ਸੀ ਟਾਈਮਸ ਆਫ ਇੰਡੀਆ 'ਚ ਲੱਗਿਆ ਸੀ, ਆਪਣੇ ਮਮਤਾ ਦਾ ਵੀ, ਉਹ ਵੀ ਦਿੱਲੀ ਮਾਡਲ ਦੇ ਵਿੱਚ ਕਰ ਰਹੀ ਹੈ। ਇਹ ਜਿਹੜਾ ਮਾਡਲ ਹੈ, ਹਰ ਸੂਬੇ ਦਾ, ਆਪਾਂ ਕੱਲ੍ਹ ਗੱਲ ਕੀਤੀ, ਵੱਖਰਾ ਹੈਗਾ। ਦੇਖੋ ਹਰੇਕ ਦੇ ਆਰਥਿਕ ਸਾਧਨ ਜਿਹੜੇ ਹੈਗੇ ਨੇ, ਹਰੇਕ ਸੂਬੇ ਦੇ ਜੋ ਉਹਨਾਂ ਦੀ ਇਕੋਨਮੀ ਹੈਗੀ ਆ ਵੱਖਰੀ ਆ, ਠੀਕ ਹੈ। ਹੁਣ ਆਪਾਂ ਜੇ ਦਿੱਲੀ ਮੁੱਦਾ, ਆਪਾਂ ਅਸੀਂ ਦਿੱਲੀ ਮਾਡਲ ਕਰੀ ਜਾਂਦੇ ਹਾਂ 2012 'ਚ, ਇੱਦਾਂ ਹੀ ਮੋਦੀ ਸਾਹਿਬ ਨੇ ਗੁਜਰਾਤ ਮਾਡਲ ਕਰਕੇ ਸਰਕਾਰ ਬਣਾ ਲਈ। ਕੀ ਉਹਨਾਂ ਨੇ ਗੁਜਰਾਤ ਮਾਡਲ ਸਾਰੇ ਦੇਸ਼ 'ਚ ਲਾਗੂ ਕਰਤਾ ਸੀ? ਧੋਖਾ ਹੀ ਸੀ ਨਾ ਦੇਸ਼ ਦੇ ਨਾਲ ਉਹ। ਇਹ 'ਚ ਮੈਂ ਤਾਂ ਇਹ ਕਹਿੰਦਾ ਵੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਜੀ, ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਮੋਦੀ ਸਾਹਿਬ ਤਾਂ 3 ਵਾਰ ਮੁੱਖ ਮੰਤਰੀ ਰਹੇ ਨੇ ਜੀ, ਕੇਜਰੀਵਾਲ ਤਾਂ ਚੱਲ 2ਵੀ ਵਾਰ ਬਣੇ ਨੇ, ਉਹਨਾਂ ਨੇ ਸਾਰੇ ਦੇਸ਼ ਨੂੰ ਗੁਜਰਾਤ ਮਾਡਲ ਵੇਚਤਾ, ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਬਹਿ ਗਏ, ਦੇਖ ਲਓ ਉਹ। ਫਿਰ ਲਾਗੂ ਕਿਉਂ ਨਹੀਂ ਕੀਤਾ ਉਹਨਾਂ ਨੇ ਜੀ? ਉਹਨਾਂ ਨੇ ਜਨਤਾ ਨੂੰ ਝੂਠ ਬੋਲਿਆ। ਹਰੇਕ ਸਟੇਟ ਦਾ ਵੱਖੋ ਵੱਖਰਾ ਆਪਣਾ ਰਿਸੋਰਸਿਸ ਨੇ, ਆਪਣੇ ਆਪਣੇ ਰੈਵੇਨਿਊ, ਹਰ ਚੀਜ਼ ਡਿਪੈਂਡ ਕਰਦੀ ਹੈ ਤੁਹਾਡੀ ਫੈਮਿਲੀ, ਆਪਾਂ ਪਰਿਵਾਰ 'ਤੇ ਲਾ ਲਈਏ, ਤੁਹਾਡੀ ਇਨਕਮ 'ਤੇ ਡਿਪੈਂਡ ਕਰਦੀ ਹੈ। ਜੇ ਤੁਹਾਨੂੰ 1 ਲੱਖ ਰੁਪਏ ਦੀ ਇਨਕਮ ਆ, ਤੁਹਾਡੇ 50,000 ਖਰਚੇ ਤਾਂ ਤੁਸੀਂ ਖੁਸ਼ਹਾਲ ਹੋ। ਜੇ ਤੁਹਾਡੀ 50,000 ਦੀ ਇਨਕਮ ਮਹੀਨੇ ਦੀ ਹੈਗੀ ਆ, ਤਾਂ 1 ਲੱਖ ਰੁਪਏ ਦੇ ਤੁਹਾਡੇ ਖਰਚੇ ਹੋਣ, ਤੁਸੀਂ ਖੁਸ਼ਹਾਲ ਕਿਵੇਂ ਹੋਵੋਗੇ? ਅੱਛਾ, ਹਾਲਾਤ ਸਾਡੇ ਸੂਬੇ ਦੇ ਨਹੀਂ। ਅੱਛਾ, ਕੇਜਰੀਵਾਲ ਸਾਹਿਬ ਨੇ ਪਿੱਛੇ ਜੇ ਸਾਰੀਆਂ ਔਰਤਾਂ ਦੇ ਲਈ ਮੁਫਤ ਕਰਤੀ ਸੀਗੀ ਉੱਥੋਂ ਦੀ ਜਿਹੜੀ ਬੱਸ ਸੁਵਿਧਾ ਹੈ, ਅਤੇ ਪੰਜਾਬ ਦੇ ਵਿੱਚ ਹੁਣ ਅੱਧੀ ਕਰਤੀ। ਦਿੱਲੀ 'ਤੇ ਤਾਂ ਕਰਜ਼ਾ
0.54 ਜਿਹੜਾ ਫਿਸਕਲ ਡੈਫੀਸਿਟ ਹੈ ਬਹੁਤ ਘੱਟ ਹੈ ਅਤੇ ਪੰਜਾਬ 'ਤੇ 2.5 ਲੱਖ ਕਰੋੜ ਦਾ ਕਰਜ਼ਾ। ਸੁਣੋਗੇ ਜੀ, ਹਰੇਕ ਸੂਬੇ ਦੀ ਆਰਥਿਕਤਾ ਜਿਹੜੀ ਹੈਗੀ ਹੈ ਉਹ ਅਲੱਗ ਅਲੱਗ ਹੈ ਜੀ। ਦਿੱਲੀ ਦੀ ਹੋਰ ਹੈ, ਪੰਜਾਬ ਦੂਜੇ ਨੰਬਰ 'ਤੇ ਹੈ। ਜਿਹੜਾ ਪੰਜਾਬ ਦਾ ਵਿੱਤੀ ਘਾਟਾ ਹੈਗਾ ਹਿੰਦੁਸਤਾਨ 'ਚ ਦੂਜੇ ਨੰਬਰ 'ਤੇ ਹੈ। ਦਿੱਲੀ ਮਾਡਲ ਦੀ ਗੱਲ ਤਾਂ ਸੀ, ਦਿੱਲੀ ਕੋਲ ਰੈਵਨਿਊ ਦੇਖੋ ਤੁਸੀਂ ਨਾ, ਅਤੇ ਦਿੱਲੀ ਦੀ ਆਮਦਨ ਦੇਖੋ ਜੀ। ਦਿੱਲੀ ਦੀ ਆਮਦਨ ਹੈਗੀ 30,000 ਕਰੋੜ ਦੀ ਸਾਲ ਦੀ ਜੀ ਐੱਸ ਟੀ ਦੀ, ਅਤੇ ਪੰਜਾਬ ਦੀ 12,000 ਕਰੋੜ ਦੀ ਹੈ। ਤੁਸੀਂ ਆਮਦਨ ਦੇਖੋ ਨਾ ਕਿੰਨੇ ਫਰਕ ਕਿੰਨਾ। ਹੁਣ ਪੰਜਾਬ ਦੀ ਆਪਾਂ ਬੱਸਾਂ ਦੀ ਗੱਲ ਦੇਖੋ, ਕੋਈ ਵੀ ਚੀਜ਼, ਮੈਂ ਇੱਕ ਚੀਜ਼ ਮੰਨਦਾ ਵੀ ਕੋਈ ਵੀ ਚੀਜ਼ ਨਾ ਫ੍ਰੀ ਦੇਣੀ ਕੋਈ ਸਹੀ ਨਹੀਂ ਹੈ। ਤੁਹਾਨੂੰ ਲੋਕਾਂ ਨੂੰ ਉਸ ਕਾਬਲ ਬਣਾਉਣਾ ਚਾਹੀਦਾ, ਉਹੋ ਜਿਹੇ ਸਾਧਨ ਪੈਦਾ ਕਰਨੇ ਚਾਹੀਦੇ ਆ ਕਿ ਲੋਕਾਂ ਕੋਲ ਅੱਛਾ ਰੁਜ਼ਗਾਰ ਹੋਵੇ ਅਤੇ ਲੋਕ ਸਵੈ ਨਿਰਭਰ ਹੋਣ ਜੀ। ਮਤਲਬ ਤੁਹਾਨੂੰ ਰਿਸੋਰਸਿਸ ਪੈਦਾ ਕਰਨ ਦੀ ਲੋੜ ਹੈ, ਲੋਕਾਂ ਦੇ ਆਰਥਿਕ ਜਿਹੜੀ ਆਰਥਿਕਤਾ ਵਧਾਉਣ ਦੀ ਲੋੜ ਹੈ ਤੁਹਾਡੀ ਜਿਹੜੀ। ਅੱਛਾ ਜੀ ਜੀ, ਇਹਦੇ ਵਿੱਚ ਲੱਗਦਾ ਕਿ ਤੁਹਾਨੂੰ ਇਹ ਚੀਜ਼ਾਂ, ਕਿਉਂਕਿ ਦਿੱਲੀ ਦੇ ਵਿੱਚ ਅਸੀਂ ਦੇਖਿਆ ਕਿ ਸਕੂਲ ਵਧੀਆ ਬਣਾਤੇ, ਹਸਪਤਾਲ ਅਤੇ ਇਹ ਯਾਤਰਾ ਫ੍ਰੀ ਕਰਤੀ ਸੀਗੀ, ਇਹ ਚੀਜ਼ਾਂ ਦਿੱਲੀ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਲੋਕਾਂ ਨੂੰ ਕਿ ਵੋਟਾਂ ਦੇ ਵਿੱਚ ਕਨਵਰਟ ਹੋਈਆਂ। ਕੀ ਪੰਜਾਬ ਦੇ ਵਿੱਚ ਵੀ ਜਦੋਂ ਹੁਣ 50% ਕਿਰਾਇਆ ਅੱਧਾ ਕਰ ਦਿੱਤਾ, 50% ਕਰਤਾ ਔਰਤਾਂ ਨੂੰ, ਤਾਂ ਇਹ ਵੋਟਾਂ 'ਚ ਕਨਵਰਟ ਹੋ ਸਕਦਾ? ਸਫ਼ਰ ਦੇ ਨਾਲੋਂ ਜ਼ਿਆਦਾ ਜ਼ਰੂਰੀ ਨਾ ਜੀ। ਤੁਸੀਂ ਪਹਿਲਾਂ ਪੰਜਾਬ ਰੋਡ ਦਾ ਹਾਲ ਦੇਖ ਲਓ ਜੀ। ਇਹਨਾਂ ਕੋਲ 2600 ਦੇ ਲਗਭਗ ਇੱਕ ਬੱਸਾਂ ਹੈਗੀਆਂ ਨੇ ਜੀ, ਬੱਸਾਂ ਕੋਲ ਸਪੇਅਰ ਪਾਰਟ ਨਹੀਂ ਹੈਗਾ। ਇੱਕ ਦਿਨ ਖਬਰ ਪੜ੍ਹਦਾ ਪਿਆ ਸੀਗਾ ਸਪੇਅਰ ਪਾਰਟਸ ਮੁੱਕਿਆ ਹੋਇਆ ਸੀ ਅਤੇ ਗੱਡੀਆਂ ਸਪੇਅਰ ਤੋਂ ਬਿਨਾਂ ਖੜੀਆਂ ਸੀਗੀਆਂ ਜੀ। ਤੋ ਪਹਿਲਾਂ ਹੀ ਹਾਲਾਤ ਕੀ ਨੇ ਜੀ, ਉਹਨੂੰ ਇਹਨਾਂ ਨੂੰ ਬਿਹਤਰ ਬਣਾਉਣਾ ਚਾਹੀਦਾ। ਜਿਹੜੀਆਂ ਲੋਕਾਂ ਦੀਆਂ ਸੁਵਿਧਾਵਾਂ ਦੇ ਰਹੇ ਹੋ ਤੁਸੀਂ, ਪਬਲਿਕ ਟਰਾਂਸਪੋਰਟ ਦੀ ਸੁਵਿਧਾ ਦੇ ਰਹੇ ਹੋ, ਉਹਨੂੰ ਤੁਹਾਨੂੰ ਹੋਰ ਬਿਹਤਰ ਨਵੀਆਂ ਗੱਡੀਆਂ ਪਾਉਣੀਆਂ ਚਾਹੀਦੀਆਂ ਨੇ, ਹੋਰ ਬਿਹਤਰ ਬਣਾਉਣਾ ਚਾਹੀਦਾ ਫ੍ਰੀ ਦੇ। ਦੇਖੋ, ਦੁਨੀਆ ਦੇ ਵਿੱਚ ਜਿਹੜੀ ਇਕੋਨਮੀ ਫ੍ਰੀ, ਜਿਹੜੀ ਇਕੋਨਮੀ ਮਤਲਬ ਫ੍ਰੀ ਵੰਡਦੀ ਹੈ ਜੀ, ਸਬਸਿਡੀ ਦਿੰਦੀ ਹੈ ਕਿਸ ਚੀਜ਼ ਦੇ ਉੱਪਰ, ਉਹ ਕਦੇ ਵੀ ਕਾਮਯਾਬ ਨਹੀਂ ਹੋਈ। ਅੱਛਾ, ਬੋਝ ਦੀ ਜੇਕਰ ਗੱਲ ਕਰਦੇ ਹਾਂ, ਘਾਟੇ ਦੀ, ਰੈਵਨਿਊ ਘਟੇਗਾ, ਉਹ ਤਾਂ ਸਾਫ਼ ਹੀ ਹੈ। ਬਠਿੰਡੇ ਤੋਂ ਜੇ ਚੰਡੀਗੜ੍ਹ ਜਾਣਾ, ਕਿਉਂਕਿ ਪੰਜਾਬ ਤੇ ਮੈਨੂੰ ਲੱਗਦਾ ਏਰੀਆ ਦਾ ਕਾਫੀ ਫਰਕ ਹੈ। ਦਿੱਲੀ ਦੇ ਵਿੱਚ ਮੈਕਸਿਮਮ ਕਿਰਾਇਆ 50 ਰੁਪਏ ਬਣਦਾ ਨਹੀਂ, ਪੰਜਾਬ 'ਚ ਮੈਕਸਿਮਮ ਕਿਰਾਇਆ 300 ਰੁਪਏ ਬਣਦਾ ਜੀ। ਦੇਖੋ ਨਾ ਦਿੱਲੀ ਅਤੇ ਪੰਜਾਬ ਦਾ ਡਿਫਰੈਂਸ ਕਿੰਨਾ ਜ਼ਿਆਦਾ ਹੈਗਾ। ਮਤਲਬ ਅਸੀਂ ਉਹ ਉਹਨਾਂ ਦਾ ਖੇਤਰਫਲ, ਰੇਡੀਅਸ ਸਾਡਾ ਫਰਕ ਹੈ ਨਾ, ਉਹ ਤਾਂ 70 ਕਿਲੋਮੀਟਰ ਮੁੱਕੇ ਨੇ ਦਿੱਲੀ, 100 ਕਿਲੋਮੀਟਰ, ਇਹਦੇ 300 ਕਿਲੋਮੀਟਰ ਦੇ ਲਗਭਗ ਹੈਗਾ ਪੰਜਾਬ। ਜਿਹਨੇ ਹੁਣ ਚੰਡੀਗੜ੍ਹ ਨੂੰ ਬਠਿੰਡੇ ਜਾਣਾ, ਹਰੇਕ ਸਟੇਟ ਨੂੰ, ਮਤਲਬ ਇਹ ਸਾਡੇ ਦੇਸ਼ 'ਚ ਗਲਤ ਚੱਲਣ ਚੱਲ ਪਿਆ। ਕਦੇ ਮੋਦੀ ਮਾਡਲ, ਕਦੇ ਦਿੱਲੀ ਮਾਡਲ, ਇੱਕ ਮਾਡਲ ਮੂਡਲ ਕੁਛ ਨਹੀਂ ਹੈਗੇ ਜੀ। ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਬਸ, ਹੋਰ ਕੁਛ ਨਹੀਂ ਹੈਗਾ। ਦੇਖੋ, ਮੈਂ ਹੁਣ ਇਹ ਗੱਲ ਕਹਿ ਰਿਹਾ, ਲੋਕਾਂ ਨੂੰ ਇਹ ਗੱਲ ਚੰਗੀ ਲੱਗੂਗੀ ਵੀ ਕਿਰਾਇਆ ਸਾਡਾ ਫ੍ਰੀ ਕਰਤਾ, ਚੰਗੀ ਗੱਲ ਹੈ। ਤੁਸੀਂ ਦੇਖੋ, ਜਦੋਂ ਅਸੀਂ ਨਾ ਬਿਮਾਰ ਹੁੰਦੇ ਹਾਂ, ਡਾਕਟਰ ਸਾਨੂੰ ਸਟੀਰੋਇਡ ਦੇ ਦਿੰਦਾ ਜੀ, ਜੋ ਸਟੀਰੋਇਡ ਪੇਸ਼ੈਂਟ ਲੈਂਦਾ ਨਾ, ਉਹਨੂੰ ਬੜਾ ਅੱਛਾ ਫੀਲ ਹੁੰਦਾ, ਕਹਿੰਦਾ ਯਾਰ ਮੈਂ ਤਾਂ ਬਹੁਤ ਜਲਦੀ ਠੀਕ ਹੋ ਗਿਆ। ਅਤੇ ਉਹਦੇ ਸਾਈਡ ਇਫੈਕਟ ਨਾ ਸਾਰੀ ਜ਼ਿੰਦਗੀ ਨਹੀਂ ਜਾਂਦੇ। ਇਹਦੇ ਵੀ ਸਾਈਡ ਇਫੈਕਟ ਨੇ? ਦੇਖੋ, ਇਹਦੇ ਲੌਂਗ ਟਰਮ ਸਾਈਡ ਇਫੈਕਟ ਨੇ ਜੀ। ਤੁਹਾਡੀ ਜਿਹੜੀ ਇਕੋਨਮੀ ਹੈ ਉਹ ਕਿਵੇਂ ਬੂਸਟ ਹੋ ਜੂਗੀ? ਪਰ ਬਹੁਤੇ ਲੋਕ ਤਾਂ ਕਹਿੰਦੇ ਹੋਣਗੇ ਬਿਜ਼ਨਸ ਓਰੀਐਂਟਡ ਇਕੋਨਮੀ ਹੋਣੀ ਚਾਹੀਦੀ ਹੈ। ਬਿਜ਼ਨਸ ਓਰੀਐਂਟਡ ਦਾ ਮਤਲਬ ਇਹ ਹੋਇਆ ਵੀ ਤੁਹਾਡੇ ਜਿਹੜੇ ਰੁਜ਼ਗਾਰ ਦੇ ਸਾਧਨ ਵਧਣਗੇ ਅਤੇ ਤੁਹਾਡੀ ਟੈਕਸ ਇਨਕਮ ਵਧੂਗੀ, ਫਿਰ ਤੁਹਾਡੇ ਕੋਲ ਰੈਵਨਿਊ ਜ਼ਿਆਦਾ ਹੋਊਗਾ ਤਾਂ ਤੁਸੀਂ ਆਪੇ ਸਭ ਕੁਝ ਕਰ ਸਕੋਗੇ। ਨਹੀਂ ਪਰ ਚੰਗੀ ਤਾਂ ਲੱਗਦੀ ਹੈ ਨਾ ਚੀਜ਼, ਜੇ ਹੁਣ 8,275 ਕਰੋੜ ਰੁਪਏ ਦੀ ਸਬਸਿਡੀ ਮਿਲਦੀ ਹੈ, ਚੰਗੀ ਲੱਗਦੀ ਹੈ ਕਿਸਾਨਾਂ ਨੂੰ? ਮੈਂ ਦਿੱਲੀ 'ਚ ਸਭ ਨੂੰ ਅੱਛੀ ਚੀਜ਼ ਸਮਝਦਾ ਨਾ, ਦੇਖੋ ਦਿੱਲੀ ਮਾਡਲ ਦੇ ਵਿੱਚ ਜੋ ਕੀਤੀ ਉਹਨੇ, ਉਹਨਾਂ ਨੂੰ ਜ਼ਿਆਦਾ ਫਾਇਦਾ ਮਿਲਿਆ ਮੈਡੀਕਲ ਤੋਂ। ਦੇਖੋ, ਸਾਨੂੰ ਬੱਸਾਂ ਦੇ ਕਿਰਾਏ ਨਾਲ ਨਾ ਸਾਨੂੰ ਮੈਡੀਕਲ ਸਹੂਲਤਾਂ ਦੇਣ ਦੀ ਬਹੁਤ ਸਖਤ ਜ਼ਰੂਰਤ ਆ। ਪੂਰੇ ਪੰਜਾਬ ਦੇ ਤੁਸੀਂ ਸਰਕਾਰੀ ਹਸਪਤਾਲ ਦੇਖ ਲਓ, 1 ਜਾਂ 2 MRI ਮਸ਼ੀਨਾਂ ਨੇ ਪੰਜਾਬ 'ਚ। ਜੇ ਕਿਸੇ ਨੂੰ ਲੁਧਿਆਣੇ ਨੂੰ MRI ਕਰਾਉਣੀ ਹੈ, ਉਹਨੂੰ ਪਟਿਆਲੇ ਜਾਣਾ ਪੈਂਦਾ ਰਜਿੰਦਰਾ ਹਸਪਤਾਲ ਦੇ ਵਿੱਚ। ਤੁਹਾਡਾ ਦਿੱਲੀ ਮਾਡਲ ਅਡੋਪਟ ਕਰਨਾ ਸ਼ੁਰੂ ਕਰਤਾ ਇਹਨਾਂ ਨੇ। ਹੁਣ ਤੁਹਾਡਾ ਦੇਖੋ, ਤੁਹਾਡਾ ਮੈਡੀਕਲ ਬਜਟ ਕੀ ਆ, 0.75% ਸੀਗਾ ਲਾਸਟ ਤੁਹਾਡੇ ਟੋਟਲ ਬਜਟ ਦਾ, ਹੁਣ ਵਧਾ ਕੇ ਇਹਨਾਂ ਨੇ 2% ਕੀਤਾ ਜੀ। ਹਾਂ, ਉਹਨੂੰ ਵਧਾਉਣ ਦੀ ਲੋੜ ਆ। ਹੁਣ ਸਿੱਖਿਆ ਬਜਟ ਇਹਨਾਂ ਨੇ 8% ਕਰਤਾ, ਪਹਿਲਾਂ 4% ਸੀਗਾ। ਜਿਹੜੀ ਬੁਨਿਆਦੀ ਚੀਜ਼ ਆ ਤੁਹਾਡੀ ਜ਼ਿੰਦਗੀ ਦਾ ਜਿਹੜਾ ਬੇਸ ਬਣਨਾ ਨਾ, ਉਹ ਸਿੱਖਿਆ ਤੋਂ ਬਣਨਾ, ਅਤੇ ਇੱਕ ਸਿਹਤ ਸਹੂਲਤਾਂ ਤੁਹਾਨੂੰ ਬਹੁਤ ਜ਼ਰੂਰੀ ਨੇ ਜਿਉਣ ਜ਼ਿੰਦਗੀ। ਜੇ ਜ਼ਿੰਦਗੀ ਤਾਂ ਹੀ ਸਾਰਾ ਕੁਛ ਹੈ ਨਾ। ਮੈਡੀਕਲ ਫੈਸਿਲਿਟੀ ਦਿੱਲੀ 'ਚ ਉਹਨਾਂ ਨੇ ਅੱਛੀ ਦੇ ਦਿੱਤੀ, ਉਹਦਾ ਸਭ ਤੋਂ ਜ਼ਿਆਦਾ ਐਡਵਾਂਟੇਜ ਮਿਲੇਗਾ ਜੀ। ਠੀਕ ਹੈ, ਅਸੀਂ ਇਹ ਦੇਖਦੇ ਹਾਂ ਕਿ ਐਜੂਕੇਸ਼ਨ ਨੂੰ ਤਰਜੀਹ ਦਿੱਲੀ ਦੇ ਵਿੱਚ ਦਿੱਤੀ ਹੈ। ਕੈਪਟਨ ਸਾਹਿਬ ਵੀ ਉੱਥੇ ਕਹਿ ਕੇ ਆ ਗਏ ਕਿ 4500 ਸਮਾਰਟ ਸਕੂਲ, ਜਿਹਦੇ ਬਾਅਦ ਹੁਣ ਬਜਟ ਵਧਾਇਆ ਗਿਆ, ਪਰ ਹਜੇ ਬਜਟ ਭਾਵੇਂ ਪਹਿਲਾਂ ਨਾਲੋਂ ਤਾਂ ਵਧਾਤਾ। ਅਸੀਂ ਗੁਆਂਢੀ ਸੂਬੇ ਦਾ ਜਾਂ ਦਿੱਲੀ ਨਾਲ ਕੰਪੈਰੀਜ਼ਨ ਕਰਦੇ ਹਾਂ, ਕਾਫੀ ਫਰਕ ਹੈ ਹਾਲੇ ਵੀ। ਸਾਡੇ ਨਾਲੋਂ ਵੱਧ ਇਨਕਮ ਹਰਿਆਣੇ ਨੂੰ ਆ, ਉਹਦਾ ਕਾਰਨ ਕੀ ਹੈ? ਉਹਦਾ ਕੁਛ ਹਿੱਸਾ ਜਿਹੜਾ ਹੈਗਾ ਦਿੱਲੀ, ਗੁੜਗਾਓਂ ਜਿਹੜਾ ਲੈ ਲਓ, ਗੁੜਗਾਓਂ ਦੇ ਵਿੱਚ ਟੈਕਸ ਇਨਕਮ ਕਿੰਨੀ ਹੈ ਸਰਕਾਰ ਨੂੰ ਜੀ? ਇਨਕਮ ਉੱਥੋਂ ਕਿੰਨੀ ਆ ਜਾਂਦੀ ਸਰਕਾਰ ਨੂੰ? ਸਾਡੇ ਉਹੋ ਜਿਹੇ ਹਾਲਾਤ ਨਹੀਂ ਹੈਗੇ। ਸਾਡਾ ਤਾਂ ਕਿਸਾਨ, ਸਾਡਾ ਤਾਂ ਸਾਰੀ ਇਕੋਨਮੀ ਕਿਸਾਨ ਦੇ ਉੱਪਰ ਬੇਸਡ ਆ ਜੀ, ਕਿਸਾਨੀ ਉੱਪਰ ਬੇਸਡ ਆ, ਅਤੇ ਕਿਸਾਨੀ ਆਲਰੇਡੀ ਲੋਸ 'ਚ ਹੈ। ਅਤੇ ਕਿਸਾਨ ਦਾ ਮੁੱਦਾ, ਕਿਸਾਨ 'ਤੇ ਕਰਜ਼ਾ, ਸਰਕਾਰ 'ਤੇ ਵੀ ਕਰਜ਼ਾ, ਕਿਸਾਨ 'ਤੇ ਵੀ ਕਰਜ਼ਾ ਜੀ। ਇਕੋਨਮੀ ਕਿਉਂ, ਲੋਕ ਅਨਰੈਸਟ ਕਿਉਂ ਨੇ ਜੀ? ਲੋਕ ਬਾਹਰ ਕਿਉਂ ਭੱਜ ਰਹੇ ਨੇ? ਉਹਨਾਂ ਨੂੰ ਫਿਊਚਰ ਕਿਉਂ ਨਹੀਂ ਦੇਖ ਰਿਹਾ?
ਉਹਦਾ ਕਾਰਨ ਇਹੀ ਹੈ, ਅਨਰੈਸਟ ਹੋਣ ਦਾ ਕਾਰਨ ਹੈ ਇੱਥੇ ਇਹੀ ਆ ਵੀ ਕਿਸਾਨੀ ਘੱਟੇ ਜਾ ਰਹੀ ਹੈ ਅਤੇ ਹਰ ਬੰਦਾ ਇੱਥੋਂ ਪ੍ਰਵਾਸ ਕਰਨਾ ਚਾਹੁੰਦਾ। ਉਹੀ ਅਨਰੈਸਟ ਜਦੋਂ ਇੱਕ ਜਗ੍ਹਾ 'ਤੇ ਲੱਗਦਾ ਮੈਂ ਇੱਥੇ ਨਹੀਂ ਕਾਮਯਾਬ ਹੋ ਸਕਦਾ ਜਾਂ ਮੇਰੇ ਲਈ ਇਹ ਜਗ੍ਹਾ ਸਹੀ ਨਹੀਂ ਹੈ ਰਹਿਣ ਵਾਸਤੇ, ਤਾਂ ਹੀ ਉਹ ਸੂਬਾ 'ਚ ਲੋਕ ਪ੍ਰਵਾਸ ਕਰ ਰਹੇ ਨੇ। ਹਾਂ ਬਿਲਕੁਲ, ਵੱਡੇ ਪੱਧਰ 'ਤੇ ਲੱਖਾਂ ਸਟੂਡੈਂਟ ਜਿਹੜੇ ਹਰ ਸਾਲ ਵਿਦੇਸ਼ ਜਾ ਰਹੇ ਕਾਰਨ ਇਹੀ ਹੈ ਲੋਕਾਂ ਨੂੰ ਇਹ ਜਿਹੜੀ ਜਿੱਥੇ ਰਹਿ ਰਹੇ ਨੇ ਜੋ ਸਿਸਟਮ 'ਚ ਰਹਿ ਰਹੇ ਨੇ। ਪਰ ਇੱਕ ਗੱਲ ਤਾਂ ਹੈ ਨਾ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵੀ ਧਿਆਨ ਤਾਂ ਦੇ ਰਿਹਾ ਨਾ, ਹੁਣ ਸੂਬੇ ਵੱਲ ਸਾਨੂੰ ਲੱਗਦਾ ਨਹੀਂ ਸੀ ਪਹਿਲਾਂ। ਚਲੋ ਚੰਗੀ ਗੱਲ ਹੈ ਸਰਕਾਰ ਨੇ ਸੋਚਣਾ ਸ਼ੁਰੂ ਕੀਤਾ, ਪਰ ਜੋ ਦਿੱਲੀ ਹੈ ਉਹ ਪੰਜਾਬ ਨਹੀਂ ਹੋ ਸਕਦਾ। ਸਵਾਲ ਵਿੱਚ ਹੀ ਰਹਿ ਗਿਆ ਕਿ ਇਹ ਵੋਟਾਂ 'ਚ ਕਨਵਰਟ ਹੋ ਸਕਦੀਆਂ ਚੀਜ਼ਾਂ? ਵੋਟਾਂ 'ਚ ਕਨਵਰਟ ਹੋਣਾ, ਦੇਖੋ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਹਨਾਂ ਨੇ ਫਰੀ ਸੇਵਾ ਚਲਾਈ, ਹਜ਼ੂਰ ਸਾਹਿਬ ਨੂੰ ਫਰੀ ਯਾਤਰਾ ਕਰਵਾਈ ਸ਼ਰਧਾਲੂਆਂ ਨੂੰ, ਦਰਬਾਰ ਸਾਹਿਬ ਨੂੰ ਕਰਵਾਈ, ਬਹੁਤ ਬੱਸਾਂ ਚਲਾਈਆਂ, ਤੀਰਥ ਯਾਤਰਾ, ਤੀਰਥ ਯਾਤਰਾਵਾਂ ਹੋਈਆਂ, ਹਜ਼ੂਰ ਸਾਹਿਬ ਟ੍ਰੇਨਾਂ ਜਾਂਦੇ ਰਹੀਆਂ ਲਗਾਤਾਰ ਇੱਥੋਂ ਨਾ, ਬਹੁਤ ਫਰੀ ਲੈ ਕੇ ਗਏ ਨੇ ਸਾਰਾ ਕੁਛ ਕਰ। ਅਤੇ ਦੇਖੋ ਤੁਸੀਂ ਉਹਦਾ ਰਿਜ਼ਲਟ ਕੀ ਹੈ, ਉਹ ਜਿਹੜੀ ਜਿੰਨਾ ਵੀ ਇਹਨਾਂ ਨੇ ਪੈਸਾ ਖਰਚਿਆ ਜੋ ਉਹ ਮੈਨੂੰ ਲੱਗਦਾ ਨਹੀਂ ਵੋਟ ਬੈਂਕ 'ਚ ਕਨਵਰਟ ਹੋਇਆ ਹੋਊਗਾ। ਜੇ ਵੋਟ ਬੈਂਕ 'ਚ ਕਨਵਰਟ ਹੁੰਦਾ ਫਿਰ ਹਾਰਦੇ ਕਿਉਂ ਜੀ? ਵੀ ਇਹ ਜ਼ਰੂਰੀ ਨਹੀਂ ਹੈ ਵੀ ਇਹ ਚੀਜ਼ਾਂ ਤੁਹਾਨੂੰ ਵੋਟ ਬੈਂਕ ਨੂੰ ਕਨਵਰਟ ਕਰ ਦੇਣਗੀਆਂ। ਮਤਲਬ ਇਹ ਸੋਚ ਕੇ ਇਹ ਤਾਂ ਇੱਕ ਦੇਖੋ ਰਾਜਨੀਤੀ ਕਰ ਰਹੇ ਨੇ, ਤਾਂ ਇਹਨਾਂ ਨੇ ਤਾਂ ਆਪਣੀ ਸੱਤਾ ਹਾਸਲ ਕਰਨੀ ਹੈ ਜੀ, ਠੀਕ ਹੈ। ਇਹਨਾਂ ਨੂੰ ਤਾਂ ਸੂਬਾ ਡੁੱਬ ਜਾਓ, ਇਹਨਾਂ ਨੂੰ ਕੀ ਹੈ ਜੀ, ਇਹਨਾਂ ਦੇ ਆਪਣੇ ਬੱਚੇ ਸੈਟਲ ਨੇ ਲਾਈਫ 'ਚ, ਠੀਕ ਹੈ ਨਾ। ਤੁਹਾਡੇ ਬੱਚੇ ਅਨਸੈਟਲ ਨੇ, ਉਹੀ ਭੱਜਦੇ ਪਏ ਨੇ ਬਾਹਰ ਨੂੰ, ਇਹਨਾਂ ਬੱਚੇ ਥੋੜ੍ਹੀ ਜਾ ਰਹੇ ਨੇ ਬਾਹਰ, ਲੱਗਦਾ ਕੀ ਹੈ ਕਿ ਪੜ੍ਹ ਕੇ ਇੱਥੇ ਆ ਰਹੇ ਨੇ। ਸਭ ਤੋਂ ਜ਼ਰੂਰੀ ਰੁਜ਼ਗਾਰ ਹੁੰਦਾ ਮੈਨੂੰ ਲੱਗਦਾ। ਦੇਖੋ ਰਿਸੋਰਸਿਸ ਪੈਦਾ ਕਰਨੇ, ਰੁਜ਼ਗਾਰ ਪੈਦਾ ਹੋਣਗੇ, ਲੋਕਾਂ ਦੀ ਇਨਕਮ ਵਧੂ। ਹੁਣ ਪਰ ਪਰਸਨ ਕੈਪੀਟਲ ਇਨਕਮ ਜਿਹੜੀ ਦਿੱਲੀ ਦੀ 3.5 ਲੱਖ ਰੁਪਈਆ, ਸਾਡੀ 1.5 ਲੱਖ ਰੁਪਈਆ ਜੀ। ਤੁਸੀਂ ਕਿਵੇਂ ਦਿੱਲੀ ਮਾਡਲ ਕਰੀ ਜਾਂਦੇ ਹੋ ਕਿ ਲੋਕਾਂ ਨੂੰ ਕਿਉਂ ਤੁਸੀਂ ਮਿਸਗਾਈਡ ਕਰ ਰਹੇ ਹੋ? ਮੈਂ ਹੁਣ ਵੀ ਕਹਿ ਰਿਹਾ ਇਹ ਇੱਕ ਨਾ ਸਟੀਰੋਇਡ ਹੈ ਜਿਹੜਾ ਜਿਹਦਾ ਨੁਕਸਾਨ ਸਾਡੀ ਅਗਲੀ ਆਉਣ ਵਾਲੀ ਜਨਰੇਸ਼ਨ ਨੂੰ ਹੋਣਾ, ਸਾਡੇ ਬੱਚਿਆਂ ਨੂੰ ਹੋਣਾ ਹੈਗਾ। ਸਾਨੂੰ ਜੋ ਵੀ ਸਟੈਪ ਲੈਣੇ ਪੈਣੇ ਆਪਣੇ ਸੂਬੇ ਦੀ ਭਲਾਈ ਲਈ, ਆਪਣੇ ਲੋਕਾਂ ਦੀ ਭਲਾਈ ਲਈ, ਉਹ ਸਾਨੂੰ ਹੁਣ ਤੋਂ ਹੀ ਲੈਣੇ ਪੈਣੇ ਨੇ। ਜੇ ਹੁਣ ਤੋਂ ਅਸੀਂ ਉਹ ਸਹੀ ਸਟੈਪ ਲਵਾਂਗੇ ਤਾਂ 10-15 ਸਾਲ ਬਾਅਦ ਰਿਜ਼ਲਟ ਹੋਣੇ। ਅੱਛਾ ਇੱਕ, ਪਰ ਇਹਦੇ ਵਿੱਚ ਇਹ ਵੀ ਹੈ ਕਿ ਜੇ ਤੁਸੀਂ ਹਰ ਚੀਜ਼ ਉਸੇ ਤਰ੍ਹਾਂ ਸਾਰਿਆਂ ਨੂੰ ਦੇ ਦੋਗੇ, ਕੈਟਾਗਰੀ ਵਾਈਜ਼ ਨਹੀਂ ਹੋਣਾ ਚਾਹੀਦਾ। ਜੇ ਕੋਈ ਵੀਕਰ ਸੈਕਸ਼ਨ ਹੈ ਵਾਕਈ ਜਿਹੜਾ ਕਿਰਾਇਆ ਨਹੀਂ ਦੇ ਸਕਦਾ ਹੈਗਾ, ਉਹਦੀ ਪਛਾਣ ਹੋਣੀ ਚਾਹੀਦੀ ਹੈ ਸ਼ਾਇਦ ਸਾਡੇ ਦੇਸ਼ 'ਚ ਨਾ। ਮੈਂ ਵੀਕਰ ਸੈਕਸ਼ਨ ਕਿਉਂ ਬਣਿਆ? ਲੈਕ ਆਫ ਐਜੂਕੇਸ਼ਨ ਜੀ। ਜਦੋਂ ਤੁਹਾਨੂੰ ਐਜੂਕੇਸ਼ਨ ਅੱਛੀ ਮਿਲ ਜੂਗੀ ਸਭ ਨੂੰ, ਤਾਂ ਆਪੇ ਉਹਨੂੰ ਅੱਛੀ ਜੋਬਸ ਮਿਲ ਜਾਣਗੀਆਂ ਜੀ, ਅਤੇ ਆਪੇ ਉਹਨਾਂ ਦੀ ਵੀਕਰ ਸੈਕਸ਼ਨ ਤੋਂ ਬਾਹਰ ਆ ਜਾਣਗੇ। ਤੁਹਾਨੂੰ ਉਹੀ ਚੀਜ਼ ਮੈਂ ਕਹਿ ਰਿਹਾ, ਤੁਹਾਨੂੰ ਰਿਸੋਰਸ ਪੈਦਾ ਕਰਨ ਦੀ ਲੋੜ ਹੈ ਸਾਨੂੰ, ਜੋ ਕਿ ਲੋਕ ਆਤਮ ਨਿਰਭਰ ਹੋ ਸਕਣ ਜੀ। ਹਾਲਾਂਕਿ ਬਹੁਤ ਸਾਰੇ ਲੀਡਰ ਪਿੱਛੇ ਜੇ ਇਹ ਵੀ ਕਹਿੰਦੇ ਰਹੇ ਕਿ ਸਾਨੂੰ ਇਸ ਤਰ੍ਹਾਂ ਭਿਖਾਰੀ ਨਾ ਬਣਾਓ, ਸਾਨੂੰ ਸਮਰੱਥ ਬਣਾਓ ਸਰਕਾਰਾਂ ਨੂੰ। ਤੁਸੀਂ ਸਮਰੱਥ ਹੋ ਜਾਓ, ਤੁਸੀਂ ਸਰਕਾਰ ਤੋਂ ਕੁਛ ਮੰਗੋ ਨਾ। ਤੁਸੀਂ ਸਮਰੱਥ ਹੋ ਜਾਓ, ਸਰਕਾਰ ਤੋਂ ਕੁਛ ਮੰਗੋ ਨਾ। ਤੁਸੀਂ ਉਹਨਾਂ ਨੂੰ ਕਾਬਲ ਬਣਾਓ ਲੋਕਾਂ ਨੂੰ, ਕਿ ਸਰਕਾਰ ਵੱਲ ਕਿਉਂ ਦੇਖਣ ਜੀ ਉਹ, ਕਿਉਂ ਸਰਕਾਰ ਵੱਲ ਚੱਕਣ, ਸਰਕਾਰ ਸਾਨੂੰ ਫਰੀ ਦੇਵੇ। ਉਹਨਾਂ ਦੀ ਆਪਣੀ ਸਮਰੱਥਾ ਇੰਨੀ ਹੋਣੀ ਚਾਹੀਦੀ ਹੈ। ਅੱਛਾ, ਜਿਹੜੀਆਂ ਚੀਜ਼ਾਂ ਸ਼ੁਰੂ ਹੋਈਆਂ, ਕਿਸੇ ਵੇਲੇ ਆਟਾ ਦਾਲ ਸਕੀਮ ਸ਼ੁਰੂ ਹੋਈ, ਕਿਸੇ ਵੇਲੇ ਕਿਸਾਨਾਂ ਨੂੰ ਮੁਫਤ ਸਬਸਿਡੀ ਬਿਜਲੀ ਵਾਲੀ ਸ਼ੁਰੂ ਹੋਈ, ਉਹ ਚੀਜ਼ਾਂ ਫਿਰ ਕੰਟੀਨਿਊ ਰਹਿੰਦੀਆਂ ਨੇ। ਕੋਈ ਵੀ ਸਰਕਾਰ ਦੀ ਉਹ ਤਾਕਤ ਨਹੀਂ ਹੈਗੀ ਕਿ ਉਸ ਨੂੰ ਰੋਕਿਆ ਜਾ ਸਕੇ। ਜਿਹੜੀ ਚੀਜ਼ ਇੱਕ ਮੁਫਤ ਵਾਲੀ ਸ਼ੁਰੂ ਹੋ ਗਈ, ਉਹ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਲੋਕਾਂ ਤੋਂ ਚੰਗੀ ਲੱਗਣੀ ਹੈ। ਕਿੰਨਾ ਵੱਡਾ ਬਜਟ ਹੈ ਜੀ? 870 ਕਰੋੜ ਨਾਲ ਸੂਬੇ ਦੀ ਕਿੰਨੀ ਡਿਵੈਲਪਮੈਂਟ ਹੋ ਸਕਦੀ ਹੈ ਜੀ? ਸੂਬੇ ਦੀ ਡਿਵੈਲਪਮੈਂਟ ਦੇਖ ਲਓ ਕਿੰਨੀ ਹੋ ਸਕਦੀ ਹੈ। ਤੁਸੀਂ ਉਸ ਹਿਸਾਬ ਨਾਲ ਰੇਟਸ ਫਸਲਾਂ ਦੇ ਵਧਾਓ। 8000 ਕਰੋੜ ਰੁਪਇਆ ਤੁਸੀਂ ਸਿਹਤ ਸੁਵਿਧਾ 'ਤੇ ਲਾ ਦਿਓ ਜੀ, ਸਿਹਤ ਉੱਪਰ ਲਾ ਦਿਓ, ਮੈਡੀਕਲ ਸਿਸਟਮ ਦੇ ਉੱਪਰ ਸਾਡੇ 8000 ਕਰੋੜ ਰੁਪਏ ਸਾਲ ਦਾ ਲਾ ਦਿਓ। ਮੈਂ ਕਹਿੰਦਾ ਤੁਹਾਡੇ ਵਧੀਆ ਹੋਸਪਿਟਲ ਸਟੇਟ 'ਚ ਬਣ ਜਾਣਗੇ ਜੀ, ਆਪੇ ਜਨਤਾ ਖੁਸ਼ ਹੈ ਜੀ। ਉਹ ਤਾਂ ਅੱਛੇ ਡਾਕਟਰ ਰਿਕਿਊਟ ਕਰੋ ਜੀ, ਰਿਕਿਊਟਮੈਂਟ ਕਰੋ, ਡਾਕਟਰਸ ਦੀ ਭਰਤੀ ਕਰੋ, ਅਤੇ ਹਰ 22 ਜ਼ਿਲ੍ਹੇ ਨੇ, ਸਾਰੇ ਜ਼ਿਲ੍ਹੇ ਦੇ ਵਧੀਆ ਵਧੀਆ ਹਸਪਤਾਲ ਬਣਾਓ ਜੀ। 8000 ਕਰੋੜ ਨਾਲ ਬਹੁਤ ਵਧੀਆ ਬਣ ਸਕਦੇ ਨੇ, ਉਸੀ ਸਬਸਿਡੀਜ਼ ਦੇ ਰਹੇ ਹੋ, ਤਾਂ ਹੀ ਤਾਂ ਤੁਹਾਡੀ ਇਕੋਨਮੀ ਤਾਂ ਉੱਠ ਨਹੀਂ ਸਕਦੀ ਜੀ ਉਹ ਇਕੋਨਮੀ। ਮੇਰਾ ਤਾਂ ਦੇਖੋ ਜਿੰਨੀ ਡਿਵੈਲਪ ਕੰਟਰੀਜ਼ ਨੇ ਜੀ, ਉਹ ਬਿਜ਼ਨਸ ਓਰੀਐਂਟਡ ਸਬਸਿਡੀ ਆ ਉੱਥੇ ਜੀ, ਅਤੇ ਲੋਕਾਂ ਨੂੰ ਉਹਨਾਂ ਨੇ ਉਹਨਾਂ ਸਕਸ਼ਮ ਬਣਾਇਆ ਹੋਇਆ ਕਿ ਲੋਕ ਸੋਚਦੇ ਨਹੀਂ ਸਰਕਾਰ ਤੋਂ। ਬਿਲਕੁਲ, ਜੇ ਤੁਸੀਂ ਸ਼ਾਇਦ ਕਿਸੇ ਨੂੰ ਸੈਲਫ ਇੰਪਲਾਈਡ ਕਰੋ, ਕਿਸੇ ਨੂੰ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਓ, ਜਾਂ ਉਹਨਾਂ ਨੂੰ ਪੈਰਾਂ 'ਤੇ ਸਿਰ ਖੜਾ ਹੋਣ ਲਈ ਮਦਦ ਕੀਤੀ ਜਾਵੇ। ਮੇਨ ਮੁੱਦੇ ਇਹ ਕਿ ਰਿਸੋਰਸ ਪੈਦਾ ਕਰੀਏ ਲੋਕਾਂ ਨੂੰ, ਦੇਖੋ ਸੈਲਫ ਡਿਪੈਂਡੈਂਟ ਕਰੀਏ। ਅਸੀਂ ਦੇਸ਼ ਦੀ ਪਾਪੂਲੇਸ਼ਨ ਘਟਾਈਏ, ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹਦੇ ਕਾਰਨ ਆਹ ਸਾਰਾ ਕੁਛ ਹੋ ਰਿਹਾ ਹੈ। ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਮੈਂ ਅੱਜ ਮੈਂ ਇਹੀ ਗੱਲਾਂ ਕਹਿੰਦਾ ਪਿਆ, ਲੋਕਾਂ ਨੂੰ ਵੀ ਬਦਲਣਾ ਪੈਣਾ ਅਤੇ ਸਰਕਾਰਾਂ ਨੂੰ ਬਦਲਣਾ ਪੈਣਾ। ਤੁਸੀਂ ਪਾਪੂਲੇਸ਼ਨ 'ਤੇ ਕੰਟਰੋਲ ਕਰੋ, ਤੁਹਾਡੀ 150 ਕਰੋੜ ਦੇ ਲਗਭਗ ਪਾਪੂਲੇਸ਼ਨ ਹੋਈ ਪਈ ਹੈ। ਕੰਟਰੀ ਦੀ ਜੀ ਜਿਹੜੀ ਜੀ ਕਪੈਸਿਟੀ ਹੈ ਉਹ 40 ਕਰੋੜ ਦੀ ਹੈ ਜੀ, ਅਤੇ ਤੁਸੀਂ ਕਿੱਥੇ ਕੰਪਲੀਟ ਕਰ ਲਓਗੇ ਦੇਸ਼ ਨੂੰ? ਦੇਸ਼ ਕਿਵੇਂ ਤਰੱਕੀ ਕਰ ਜੂਗਾ ਜੀ? ਇੰਨੀ ਜੀ ਪਾਪੂਲੇਸ਼ਨ ਚਾਈਨਾ ਨੇ ਕੰਟਰੋਲ ਕੀਤੀ ਹੋ ਨਾ, ਚਾਈਨਾ ਕੰਟਰੋਲ ਕਰ ਰਿਹਾ ਨਾ। ਤਾਂ ਮੇਨ ਇੱਥੇ ਤਾਂ ਜਿਹੜੀ ਸਾਡੇ ਦੇਸ਼ ਦੇ ਵਿੱਚ ਵੋਟਾਂ ਦੀ ਰਾਜਨੀਤੀ ਹੈ ਜੀ, ਮੈਂ ਤਾਂ ਇਹ ਚੀਜ਼ ਮੰਨਦਾ। ਜਿਹੜੇ ਅਸਲੀ ਮੁੱਦੇ ਨੇ ਦੇਸ਼ ਦੇ
देखो देश के असली मुद्दे जी इंडस्ट्री की जरूरत साढ़े देश के ठीक है सू वातावरण देख लो कि असी सू रह लैन सह ही नहीं होगा असं की करा रह के जी मतलब इस देश के ठीक है ना थोड़ा वातावरण डे बाय डे पर इस वेले दा चंगे लग दिया ना चीजां के मुख लग रही है मैं दसदा फ्यूचर नहीं ना हैगा थोड़ा वातावरण डे बाय डे कितना गंदा हुंदा जा रहा हैगा है तो कुछ थोड़ी पॉपुलेशन कितनी वध रही है साडा पानी 60% तक खराब हो गया पीने वाले पानी बीमारियां वध रही ने इस कारण करके पॉपुलेशन कंट्रोल होगी देश दे विच लोकी पढ़े लिखे होणगे जदों कोई देश की जनता पढ़ जाती है ना जो लोग सिविलाइज्ड हो जाते हैं लोग पढ़ जाते हैं जो लोग तो पॉपुलेशन अपने आप कंट्रोल होनी शुरू हो जाती है केरला देख लो सब तो घट उन्होंने पॉपुलेशन देश के हालांकि हालांकि कई बार इस तरह के चर्चे होंगे ने कि शायद धार्मिक जे लोग बक बक धर्मों बिलोंग करते हैं वह कारण नहीं सबसे वध जो कारण हैगा लिटरेसी तो इलिटरेसी का फर्क यही फर्क देखो मोदी साहब ने देश के यूपी बिहार मध्य प्रदेश राजस्थान के टॉयलेट बना के देश के मुड़के सत्ता हासिल कर ली जिहड़ा देश आजाद होने तो बाद अज अज बाथरूमों के बारे सोच रहा जी सोच इन्नी डिवेलप हुई है तो देश का की हाल होगा जी सत्ता जाके मुड़के 1.5 लाख बन के जी एक मतलब मुद्दा देश का की सीगा भी टॉयलेट बनाते दसो तुसी मतलब थोड़ी सोच डिवेलप नहीं हो पाई यूपी बिहार मैं स्टेट में एक बंदे नूं मिलिया उन्होंने पांच उत्थे पॉपुलेशन का कोई कंट्रोल नहीं जी उन्हों का सिस्टम यह भी जे 7 बच्चे घर च ने तो 15,000 देना गुणा कर लो यार आपे कमा के लियाउणगे मोदी साहब ने मेडिकल देता जी राशन कार्ड सानू मिलता पे तुसी तां देश दे लई कंडे बीज रहे हो अपनी वोटां दे लई सारा कुछ हो रहा है देखो मैं तुसी आप सोचो तुसी सानू देखे इलेक्शन किस बेस से जितके हमें 1.5 लाख रुपया मिला हमने बाथरूम बना लिया जी साडी सोच अज बाथरूम ते खड़ी है ना देश आजाद होने तो बाद असीं कदे आजाद होए हां चलो बहुत धन्यवाद राजदीप बेनीपाल जी सो तुसीं भी जरूर सोचियो कि जिहड़े इस तरह के वादे हुंदे ने उह बहुत चंगे लगदे ने जदों कोई चीज़ मुफ्त मिलदी है उह चंगी जरूर लगदी है पर उहदा भार इनडायरैक्टली तौर ते तुहाडे ते ही पैणा है जे अज किसी का टैक्स राही है जरूरी नहीं हुंदा कि तुसीं इनकम टैक्स पे कर दिओ जिहड़ी भी चीज़ तुसीं खरीद दिओ उह हर चीज़ के उत्ते GST लग गया उहदे हर चीज़ के उत्ते टैक्स है उह तुसीं भी पे कर दिओ चाहे बिजली तुसीं यूज़ करदे हो ते चाहे चीनी चाह पत्ती खरीद दिओ उह टैक्स तुसीं भी दिंदे हो उह चों ही तुहानूं इह मुफ्त की गल की जाती है पर इहदा स्टेट ते जिहड़ा हुण 2.5 लाख करोड़ हो गया होर वध जाएगा मतलब रुजगार देना चाहिए लोगों नूं ना कि इस तरह के जिहड़े दावे वादे करके जां मुफ्त चीज़ां दे के सत्ता हासिल करन दी मुड़ तों कोशिशां जिहड़ियां हो रहियां ने सो तुसीं भी जरूर सोचो फिलहाल इस पेशकश चेन्नई सानूं दिओ इजाज़त धन्यवाद